हाँ जी, सत श्री अकाल जी सारयां नूं। अज आपां आए होए आं पटियाले ते शॉप नंबर तुहानूं एंड च दस दूंगे। ते आपां जॉन डीयर दा कुछ समान लैणा सीगा ते आपां इह शॉप ते आए होए आं, जिदां कि तुहानूं एड्रैस तुहाडा नूं पूरा दे देंगे एंड ते। ते आपां वीर जी ने साडे नाल ते कैमरे च नहीं आउणा चाहुंदे, इह सानूं दस्सणगे वी इहनां कोल की अवेलेबल आ। हाँ जी वीर जी, जॉन डीयर दा सारा समान मिल जांदा जी, बड़ा खट ट्रैक्टर दा जॉन डीयर दा। ठीक है वीर जी, 50-55 उत्ते मॉडल दा डाउन मॉडल दा सारा मिल जाएगा जी। ठीक है वीर, चूल्हा हिस्सा कोई इसने 4x4 ट्रैक्टर करना है, पुराना कटा के सारा समान 4x4 दा लेना है। ठीक है जी, 4x4 दा स्पेयर पार्ट चीज है, ਉਹ ਹੋਰ ਐਕਸਲ ਬਿਧਾਰੀ ਹੋਈ। ਹਾਂਜੀ, ਸਮਾਨ ਜੀ ਦਾ ਵੇਟ ਓਰੀਜਨਲ ਸਾਰਾ ਜੈਨੂਅਲ। ਤੇ ਤੁਸੀਂ ਮੇਨਲੀ ਕਿਹੜੇ ਟਰੈਕਟਰ 'ਚ ਜ਼ਿਆਦਾ ਸਪੇਅਰ ਪਾਰਟ ਆ ਜਿੱਦਾਂ ਡੀਲ ਕਰਦੇ ਹੋ? ਜੋਨ ਡੀਅਰ ਤੇ ਫਾਰਮ ਟਰੈਕ ਡੀਲ ਕਰਦੇ। ਅੱਛਾ, ਮਤਲਬ ਮੇਨ ਤੁਸੀਂ ਦੋ ਟਰੈਕਟਰ, ਫਾਰਮ ਟਰੈਕ ਔਰ ਜੋਨ ਡੀਅਰ। ਠੀਕ ਹੈ ਵੀਰ, ਤੇ ਆਹ ਤੁਸੀਂ ਦੇਖ ਸਕਦੇ ਹੋ ਇਹ ਰਿਮ ਵਗੈਰਾ ਤੇ ਇਹ ਸਲੈਂਸਰ ਵਗੈਰਾ, ਆਹ 4x4 ਦਾ ਹਿੱਸਾ ਪਿਆ ਆ। ਮਤਲਬ ਕਹਿਣ ਦਾ ਜੋਨ ਡੀਅਰ ਦਾ ਤਕਰੀਬਨ ਤੁਹਾਨੂੰ ਸਾਰਾ ਸਮਾਨ, ਜੇ ਤੁਸੀਂ ਕੋਈ ਮੇਰਾ ਵੀਰ 4x4 ਵੀ ਕਰਨਾ ਚਾਹੁੰਦਾ ਆ, ਹਿੱਸੇ ਪਏ ਆ ਅੱਗੇ, ਆਹ ਓਰੀਜਨਲ ਹਿੱਸੇ ਆ, ਇਹਨਾਂ ਕੋਲ ਲੋਟ ਆਉਂਦਾ ਜੀ, ਆਹ ਹੀਟ ਗਾਰਡ ਓਰੀਜਨਲ, ਇਹ ਸਟੇਅਰਿੰਗ, ਇਹ ਲਿੰਕਸ ਵਗੈਰਾ, ਅਤੇ ਆਹ ਫਾਰਮ ਟਰੈਕ ਦਾ ਓਰੀਜਨਲ ਮੀਟਰ, ਇਹ ਹੋਰ ਵੀ ਲਾਈਟਾਂ, ਤਕਰੀਬਨ ਸਾਰਾ ਆਲਮੋਸਟ ਸਾਨੂੰ ਮਿਲ ਜਾਣਾ। ਅਤੇ ਆਪਾਂ ਤਾਂ ਮੇਨਲੀ ਇਹਨਾਂ ਕੋਲ ਆਏ ਸੀਗੇ, ਇਹ ਆਪਾਂ ਜੋਨ ਡੀਅਰ ਲਈ ਫਰੰਟ ਇਹਦਾ ਜਿਹੜੀ ਇਹ ਆ ਵੇਟ, ਇਹ ਆਪਾਂ ਆਪਣੀ ਭਾਸ਼ਾ 'ਚ ਇੱਟ ਕਹਿ ਦਿੰਦੇ ਹਾਂ ਜਿਹਨੂੰ, ਅਤੇ ਇਹ ਵੇਟਾਂ, ਇਹ ਪਲੇਟਾਂ ਲਈਆਂ ਜੀ ਅੱਗੇ 4, ਇਹ ਮੂਹਰਲੇ ਵੇਟ ਅਤੇ ਪਿਛਲੇ ਵੇਟ ਵੀ ਇਹਨਾਂ ਕੋਲ ਓਰੀਜਨਲ ਪਏ ਆ ਜੀ। ਅਤੇ ਸੀਟਸ ਵਗੈਰਾ ਸਾਰੀਆਂ ਮਿਲ ਜਾਣਗੀਆਂ ਤੁਹਾਨੂੰ, ਛੋਟੇ ਸਟੇਅਰਿੰਗ ਸਟਿੱਕਰ ਵਗੈਰਾ, ਪਾਵਰ ਸਟੇਅਰਿੰਗ ਦਾ ਸਾਰਾ ਸਮਾਨ ਮਿਲ ਜੂਗਾ ਇਹਨਾਂ ਦਾ। ਬਟ ਇਹ ਜ਼ਿਆਦਾ ਡੀਲ ਫਾਰਮ ਟਰੈਕ ਔਰ ਜੋਨ ਡੀਅਰ 'ਚ ਹੀ ਕਰਦੇ ਨੇ। ਆਹ ਦੇਖੋ ਸਟਿੱਕਰ ਪਏ ਆ ਓਰੀਜਨਲ, ਹਾਂਜੀ ਦੋਸਤੋ। ਮੈਂ ਵੀਡੀਓ ਦੇ ਵਿੱਚ ਇੱਕ ਗੱਲ ਐਡ ਔਨ ਕਰਨਾ ਭੁੱਲ ਗਿਆ ਸੀਗਾ, ਵੀ ਕਈ ਵੀਰਾਂ ਦੇ ਮੈਸੇਜ ਜਾਂ ਕਮੈਂਟ ਆਉਣਗੇ ਵੀ ਜੇ ਆਪਾਂ ਟਰੈਕਟਰ 4x4 ਕਰਾਉਣਾ ਹੋਵੇ ਤਾਂ ਕਿੰਨਾ ਕੁ ਖਰਚਾ ਆ ਜਾਏਗਾ। ਅਤੇ ਮੈਂ ਵੀਰ ਹੋਣਾਂ ਨੂੰ ਪੁੱਛਿਆ ਸੀਗਾ ਵੀ ਉਹਨਾਂ ਨੇ ਜੋ ਸਮਾਨ ਦਾ ਦੱਸਿਆ, ਜਿਹਦੇ 'ਚ ਅਗਲਾ ਹਿੱਸਾ ਹੋ ਗਿਆ, ਸ਼ਾਫਟ ਹੋ ਗਈ, ਅਤੇ ਪਿੱਛੇ ਜੋ 4x4 ਦੇ ਕਨੈਕਸ਼ਨ ਹੋਣਾ, ਜਿਹੜਾ ਪਿੱਛੇ ਪਲੇਟ ਉੱਤਰ ਕੇ ਉੱਥੇ ਇੱਕ ਕਹਿੰਦੇ ਗੁੱਛਾ ਲੱਗਦਾ ਕੋਈ, ਅਤੇ ਉਹਦਾ ਟੋਟਲ ਉਹਨਾਂ ਨੇ 70-80 ਹਜ਼ਾਰ ਦਾ ਖਰਚਾ ਦੱਸਿਆ ਓਨਲੀ ਪਾਰਟਸ ਦਾ। ਅਤੇ ਉਹ ਤੋਂ ਬਾਅਦ ਜੇ ਤੁਸੀਂ ਮਿਸਤਰੀ ਦੀ ਲੇਬਰ ਵੀ ਐਡ ਕਰ ਲਓ, ਮਤਲਬ ਰਾਊਂਡ ਅਬਾਊਟ ਤੁਹਾਡਾ ਜਿਹੜਾ 1 ਲੱਖ ਤੱਕ ਖਰਚਾ ਆ ਜਾਂਦਾ ਅਗਰ ਤੁਸੀਂ ਆਪਣਾ 4x4 ਕਰਾਉਣਾ ਟਰੈਕਟਰ। ਅਤੇ ਇਹ ਇੱਕ ਥੋੜ੍ਹਾ ਵਿੱਚ ਐਡ ਔਨ ਕਰਨਾ ਰਹਿ ਗਿਆ ਸੀਗਾ, ਅਤੇ ਇਸ ਕਰਕੇ ਮੈਂ ਵੀਡੀਓ 'ਚ ਦੁਬਾਰਾ ਐਡ ਕਰ ਰਿਹਾ। ਇਹ ਆ ਜੀ ਇਹਨਾਂ ਦਾ ਐਡਰੈਸ, ਅਤੇ ਫੋਨ ਨੰਬਰ ਆਪਾਂ ਸ਼ੋਅ ਨਹੀਂ ਕਰ ਰਹੇ ਕਿਉਂਕਿ ਇਹ ਵੀਰ ਹੋਰੀ ਕਹਿ ਰਹੇ ਨੇ ਕਿ ਇਹਨਾਂ ਨੂੰ ਲੋਕ ਬਹੁਤ ਪਰੇਸ਼ਾਨ ਕਰਦੇ ਆ ਕਿਉਂਕਿ ਟਾਈਮ ਟੇਬਲ ਨਹੀਂ ਹੁੰਦਾ ਫੋਨ ਕਰਨ ਦਾ। ਅਤੇ ਜਿਹੜਾ ਮੇਰਾ ਵੀਰ ਕੁਛ ਲੈਣਾ ਚਾਹੁੰਦਾ ਡਾਇਰੈਕਟਲੀ ਇਹਨਾਂ ਦੀ 191 ਸ਼ੋਪ ਆ, ਵਿੱਕੀ ਸੀਟਾਂ ਵਾਲੇ ਦੇ ਨਾਂ ਤੋਂ ਮਸ਼ਹੂਰ ਆ ਮੇਰਾ ਵੀਰ, ਅਤੇ ਇਹਨਾਂ ਦੇ ਡਾਇਰੈਕਟਲੀ ਤੁਸੀਂ ਦੁਕਾਨ 'ਤੇ ਆ ਕੇ ਅਤੇ ਡੀਲ ਕਰ ਸਕਦੇ ਹੋ ਜੋ ਵੀ ਤੁਹਾਨੂੰ ਚਾਹੀਦਾ। ਅਤੇ ਆਪਾਂ ਫੋਨ ਨੰਬਰ ਸ਼ੋਅ ਨਹੀਂ ਕਰ ਰਹੇ। ਠੀਕ ਹੈ ਜੀ, ਥੈਂਕ ਯੂ।